ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਰੂਪਨਗਰ ਪੁਲਿਸ ਵੱਲੋਂ ਅੱਤਵਾਦ ਦੌਰਾਨ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੀ ਯਾਦ ਵਿੱਚ ਸ਼ਰਧਾਂਜਲੀ ਕੈਂਡਲ ਮਾਰਚ ਕੱਢਿਆ ਗਿਆ, ਜਿਸ ਵਿੱਚ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਅਤੇ ਆਮ ਲੋਕਾਂ ਸਮੇਤ ਥਾਣਾ ਸਿਟੀ ਰੂਪਨਗਰ ਤੇ ਥਾਣਾ ਸਦਰ ਪੁਲਿਸ ਦੇ ਸਮੂਹ ਮੁਲਾਜ਼ਮ ਸ਼ਾਮਿਲ ਹੋਏ। ਇਹ ਕੈਂਡਲ ਮਾਰਚ ਬੇਲਾ ਚੌਂਕ ਤੋਂ ਸ਼ੁਰੂ ਹੋ ਸ਼ਹਿਰ ਦੇ ਵੱਖ ਵੱਖ ਮਾਰਗਾਂ ਤੋਂ ਹੁੰਦਾ ਹੋਇਆ ਮੁੜ ਬੇਲਾ ਚੌਂਕ ਵਿੱਚ ਹੀ ਸੰਪੰਨ ਹੋਇਆ। ਅੱਤਵਾਦ ਦੇ ਟਾਈਮ ਜਿਸ ਵਕਤ ਇੱਕ ਲਹਿਰ ਚੱਲੀ ਸੀ ਕਿ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਜਾ ਕੇ ਬਾਹਰ ਸੁਰੱਖਿਅਤ ਨਹੀਂ ਸੀ, ਕਿਸੇ ਬਾਰੇ ਨਹੀਂ ਸੀ ਇਹ ਹੁੰਦਾ ਕਿ ਇਹ ਜਿਹੜਾ ਡਿਊਟੀ 'ਤੇ ਗਿਆ ਸ਼ਾਮ ਨੂੰ ਵਾਪਸ ਆਏਗਾ ਜਾਂ ਨਹੀਂ ਆਏਗਾ। ਉਸ ਸਮੇਂ ਸਾਡੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਨ੍ਹਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਕੇ ਕੁਰਬਾਨੀਆਂ ਦਿੱਤੀਆਂ ਅਤੇ ਸਾਨੂੰ ਇੱਕ ਵਧੀਆ ਸ਼ਾਂਤੀਪੂਰਵਕ ਮਾਹੌਲ ਦਿੱਤਾ, ਜਿਸ ਦੇ ਵਿੱਚ ਅਸੀਂ ਅੱਜ ਬੜੇ ਆਰਾਮ ਨਾਲ ਜੀ ਵੀ ਰਹੇ ਹਾਂ। ਸਾਡੇ ਭੈਣ ਭਰਾ, ਸਾਡੇ ਬੱਚੇ, ਸਾਡੀਆਂ ਬੇਟੀਆਂ, ਸਾਡੀਆਂ ਮਾਵਾਂ ਸਭ ਸੁਰੱਖਿਅਤ ਨੇ। ਰਾਤ ਦੇ ਸਮੇਂ ਵੀ ਕੋਈ ਕਿਸੇ ਪਾਸੇ ਵੀ ਸਫ਼ਰ ਕਰ ਸਕਦਾ ਹੈ। ਕੋਈ ਸਮਾਂ ਸੀ 5 ਵਜੇ ਤੋਂ ਬਾਅਦ ਬਾਜ਼ਾਰਾਂ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਹੋ ਜਾਂਦਾ ਸੀ ਜਿਸ ਵਿੱਚ ਇੰਝ ਲੱਗਦਾ ਸੀ ਕਿ ਕਰਫਿਊ ਲੱਗ ਗਿਆ। ਉਹਨਾਂ ਦੇ ਜਵਾਨਾਂ ਵੱਲੋਂ ਸਾਡੇ ਦੇਸ਼ ਦੇ ਲਈ ਕੰਮ ਕਰਦੇ ਹੋਏ ਜਿੰਨੀਆਂ ਵੀ ਸ਼ਹਾਦਤਾਂ ਦਿੱਤੀਆਂ ਗਈਆਂ, ਉਹਨਾਂ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਲਈ 21 ਅਕਤੂਬਰ ਦਾ ਜਿਹੜਾ ਦਿਨ ਆ ਪੂਰੇ ਮੁਲਕ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ। ਇਸ 21 ਅਕਤੂਬਰ ਨੂੰ ਪਹਿਲਾਂ ਸਾਡੇ ਪੂਰੇ ਪੰਜਾਬ ਰਾਜ ਦੇ ਵਿੱਚ ਸਾਡੇ DGP ਸਾਹਿਬ, ਸਾਡੇ ਚੀਫ ਮਿਨਿਸਟਰ ਸਾਹਿਬ ਅਤੇ ਸਾਡੇ SSP ਸਾਹਿਬ ਦੇ ਹੁਕਮਾਂ ਅਨੁਸਾਰ ਅਸੀਂ ਉਹਨਾਂ ਦੀ ਯਾਦ ਨੂੰ ਲੰਬਾ ਲੈਂਦੇ ਹੋਏ ਇਹ ਅਸੀਂ ਉਹਨਾਂ ਦੇ ਪੂਰਾ 20 ਦਿਨ ਤੋਂ ਪ੍ਰੋਗਰਾਮ ਕਰ ਰਹੇ ਹਾਂ। ਪਹਿਲਾਂ ਅਸੀਂ ਉਹਨਾਂ ਦੇ ਘਰਾਂ 'ਚ ਗਏ ਹਾਂ, ਫਿਰ ਅਸੀਂ ਉਹਨਾਂ ਸ਼ਹੀਦਾਂ ਦੇ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਕਰੇ ਆ, ਫਿਰ ਅਸੀਂ ਉਹਨਾਂ ਦਾ ਅਸੀਂ ਅਖਬਾਰਾਂ ਦੇ ਵਿੱਚ ਵੀ ਅਸੀਂ ਪ੍ਰਚਾਰ ਕਰਾਇਆ। ਅਤੇ ਉਸੇ ਲੜੀ ਦੇ ਵਿੱਚ ਅੱਜ ਅਸੀਂ ਇਹ ਕੈਂਡਲ ਜਿਹੜਾ ਮਾਰਚ ਆ ਰੋਪੜ ਸ਼ਹਿਰ ਦੇ ਵਿੱਚ ਬੇਲਾ ਚੌਂਕ ਕਰਨ ਲੱਗੇ ਹਾਂ। ਇਹ ਸਾਰੇ ਕੰਮ ਅਸੀਂ ਸ਼ਹੀਦਾਂ ਨੂੰ ਸਮਰਪਿਤ ਕਰਕੇ ਕਰ ਰਹੇ ਹਾਂ ਤਾਂ ਜੋ ਇਹ ਸਾਡੇ ਸ਼ਹੀਦ ਜਿਹੜੇ ਯਾਦ ਇਹਨਾਂ ਦੀ ਅਮਰ ਰਹੇ। ਪੁਲਿਸ ਵੱਲੋਂ ਬੇਲਾ ਚੌਂਕ ਦੇ ਵਿੱਚ ਪੁਲਿਸ ਪਰਿਵਾਰਾਂ ਨੂੰ ਸ਼ਰਧਾਂਜਲੀ ਦੇਣ ਸੰਬੰਧੀ ਉਹਨਾਂ ਦੇ ਪਰਿਵਾਰਾਂ ਦੇ ਸਮੇਤ ਬੇਲਾ ਚੌਂਕ ਦੇ ਵਿੱਚੋਂ ਨਿਕਲ ਰਹੇ ਆ ਜੀ। ਸਾਰੇ ਉਹਨਾਂ ਨੂੰ ਸ਼ਰਧਾਂਜਲੀ ਪੁਲਿਸ ਪਰਿਵਾਰ ਨੂੰ ਸ਼ਾਮਿਲ ਹੋਏ ਸੀ ਇਹਦੇ ਵਿੱਚ। ਪੁਲਿਸ ਪਰਿਵਾਰ ਨੇ ਜੀ ਆਪਣੇ ਜਿਹੜੇ ਸ਼ਹੀਦ ਹੋਏ ਦੇ ਉਹਨਾਂ ਦੇ ਪੁਲਿਸ ਪਰਿਵਾਰ ਨੇ 8 ਤੋਂ 9 ਦੇ ਕਰੀਬ ਦੇ ਪੁਲਿਸ ਸੀਗਾ ਇਹਨਾਂ ਨੂੰ ਸ਼ਰਧਾਂਜਲੀ ਦੇਣੀ ਵੀ ਇਸ ਤਰ੍ਹਾਂ ਪੁਲਿਸ ਦੇ ਅੱਗੇ ਬੱਚੇ ਵੀ ਆ ਜਿਸ ਤਰ੍ਹਾਂ ਕੁਰਬਾਨੀਆਂ ਕਰਦੇ ਆਏ ਨੇ ਉਸੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਆਪਣਾ ਸ਼ਰਧਾਂਜਲੀ ਕੰਮ ਕਰਨ ਅਤੇ ਅੱਗੇ ਵਧਣ। ਸਾਂਝ ਟੀਵੀ ਲਈ ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।